ਸਤਿ ਸ਼੍ਰੀ ਅਕਾਲ ਜੀ, ਰੋਇਲ ਕਲੈਕਸ਼ਨ ਐਂਡ ਬੁਟੀਕ ਰਾਜ ਪ੍ਰੈਸ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਕਲੈਕਸ਼ਨ ਅੱਜ ਇੱਦਾਂ ਦੀ ਲੈ ਕੇ ਆਏ ਕਿ ਹਰ ਇੱਕ ਦੇ ਬਜਟ ਵਿੱਚ ਆਉਣ ਵਾਲੇ ਸੂਟ ਨੇ ਅਤੇ ਪਾਰਟੀ ਵੀਅਰ ਸੂਟ ਨੇ ਜੀ। ਤੁਸੀਂ ਕਿਸੇ ਨੂੰ ਗਿਫਟ ਦੇਣੇ ਆ, ਜਿਸ ਨੂੰ ਵੀ ਗਿਫਟ ਦਿਓਗੇ, ਹਰ ਇੱਕ ਕੋਈ ਇਹਨਾਂ ਸੂਟਾਂ ਨੂੰ ਸਟਿਚ ਕਰਵਾ ਕੇ ਪਾਏਗਾ। ਅਤੇ ਕਲਰ ਆਪਸ਼ਨ ਇੱਦਾਂ ਦੀ ਲੈ ਕੇ ਆਏ ਹਾਂ ਕਿ ਜੇ ਤੁਸੀਂ ਸਿੰਗਲ ਕਲਰ 7 ਸੂਟ ਰੈਡੀ ਕਰਵਾਉਣੇ ਤਾਂ 7,7500 ਤੱਕ ਕੋਸਟ ਕਰੇਗਾ ਇਹ ਵਾਲਾ ਸੂਟ। ਅਸੀਂ ਤੁਹਾਨੂੰ ਕਲਰ ਆਪਸ਼ਨ 'ਚ ਦੇ ਰਹੇ ਹਾਂ, ਇੱਕ ਇੱਕ ਡਿਜ਼ਾਈਨ ਦੇ ਵਿੱਚ 4-4 ਸੂਟ ਦੇ ਰਹੇ ਹਾਂ, ਕਲਰ ਆਪਸ਼ਨ ਦੇ ਰਹੇ ਹਾਂ। ਬਹੁਤ ਸੋਹਣੀ ਜੀ ਕਲੈਕਸ਼ਨ ਹੈ ਜੀ। ਪ੍ਰਾਈਸ ਤੁਹਾਡੇ ਸਭ ਦੇ ਬਜਟ 'ਚ ਆਏਗਾ। ਪ੍ਰਾਈਸ ਰਹੇਗਾ ਜੀ 4900, 5900 ਦਾ ਸੂਟ ਆ। ਸ਼ਿਪਿੰਗ ਚਾਰਜਿਸ ਅਲੱਗ ਤੋਂ ਰਹਿਣਗੇ। ਬੁਕਿੰਗ ਲਈ ਨੰਬਰ ਹੋਊਗਾ 8283-8283-81 ਨੰਬਰ ਆ। ਇਸ ਨੰਬਰ 'ਤੇ ਜੋ ਵੀ ਸੂਟ ਪਸੰਦ ਆ ਉਸਦਾ ਸਕਰੀਨਸ਼ੋਟ ਲੈ ਕੇ ਤੁਸੀਂ ਮੈਨੂੰ ਪਿਕ ਸੈਂਡ ਕਰ ਸਕਦੇ ਹੋ। ਕਲੈਕਸ਼ਨ ਤੁਸੀਂ ਦੇਖ ਹੀ ਲੈਣੀ, ਬਹੁਤ ਧਮਾਕੇਦਾਰ ਵੀਡੀਓ ਰਹਿਣ ਵਾਲੀ ਹੈ ਜੀ ਅੱਜ ਦੀ। ਸ਼ੁਰੂ ਕਰਦੇ ਹਾਂ ਅੱਜ ਦਾ ਫਸਟ ਸੂਟ। ਅਤੇ ਸਟੱਫ ਬਿਲਕੁਲ ਨਵਾਂ ਹੋਏਗਾ ਅਤੇ ਅਲੱਗ ਅਲੱਗ ਸਟੱਫ ਰਹੇਗਾ, ਉਹ ਅਸੀਂ ਵੀਡੀਓ 'ਚ ਦੱਸਾਂਗੇ ਤੁਹਾਨੂੰ। ਤੁਸੀਂ ਵੀਡੀਓ ਨੂੰ ਐਂਡ ਟੂ ਐਂਡ ਧਿਆਨ ਤੱਕ ਦੇਖਣਾ। ਇਹ ਹੈਗਾ ਜੀ ਆਪਣਾ ਫਸਟ ਸੂਟ ਅੱਜ ਦਾ, ਠੀਕ ਹੈ ਜੀ। ਸਾਰਾ ਹੀ ਹੈਂਡ ਵਰਕ ਰਹੇਗਾ ਟੋਟਲੀ। ਇਹ ਹੈਗੇ ਆ ਜੀ ਜਿਹੜੀ ਬਰੋਕਿਟ ਸ਼ਿਮਰ ਆ, ਉਸ ਦੇ ਉੱਪਰ ਇਹ ਵਾਲਾ ਸਟੱਫ ਹੈ। ਬਰੋਕਿਟ ਦਾ ਸੂਟ ਹੈ ਜੀ, ਸ਼ਰਟ ਇਹ ਪਿਓਰ ਬਰੋਕਿਟ ਦੀ, ਠੀਕ ਹੈ। ਅਤੇ ਸਾਰਾ ਹੀ ਟੋਟਲੀ ਹੈਂਡ ਵਰਕ ਕੀਤਾ ਹੋਇਆ ਇਸ ਦੇ ਉੱਪਰ। ਬਾਜੂ 'ਤੇ ਵੀ ਤੁਹਾਨੂੰ ਪ੍ਰੋਪਰ ਸਾਰੇ ਸੂਟਾਂ 'ਤੇ ਕੰਮ ਮਿਲੇਗਾ। ਇਹ ਬਾਜੂ ਆ ਜਾਣਗੀਆਂ। ਇਹਦੇ ਨਾਲ ਅਸੀਂ ਸਿਲਕ ਦੀ ਸਲਵਾਰ ਡਾਈ ਕਰਾਈ ਆ ਅਤੇ ਦੁਪੱਟਾ ਲਗਾਇਆ ਜੀ ਸ਼ਿਮਰ ਦਾ। ਇੱਦਾਂ ਰਹੇਗਾ ਦੁਪੱਟਾ, ਸ਼ਿਮਰ ਦਾ ਦੁਪੱਟਾ ਰਹੇਗਾ। ਸਾਰੇ ਦੁਪੱਟੇ 'ਚ ਬੂਟੀ ਰਹੂਗੀ ਅਤੇ ਫੋਰ ਸਾਈਡ ਰਹੇਗਾ ਜੀ ਬਹੁਤ ਪਿਆਰਾ ਜਿਹਾ ਕੱਟ ਵਰਕ ਕੀਤਾ ਹੋਇਆ। ਕਲਰ ਆਪਸ਼ਨ ਦੇ ਦਿੰਦੇ ਹਾਂ। ਇਹਦੇ ਵਿੱਚ ਇੱਕ ਸ਼ੇਡ ਤੁਹਾਨੂੰ ਮਿਲੇਗਾ ਜੀ ਇਹ ਬਲੂ ਕਲਰ, ਠੀਕ ਹੈ। ਅਤੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਮਿਲ ਜਾਏਗਾ ਇਹ ਨਿਓਨ ਯੈਲੋ ਸ਼ੇਡ। ਕਲਰ ਬਹੁਤ ਸੋਹਣੇ ਸੋਹਣੇ ਆ। ਡਿਜ਼ਾਈਨ ਇੱਕ ਸੂਟ ਦਾ ਖੋਲਾਂਗੇ ਕਿਉਂਕਿ ਸਾਰੇ ਸੇਮ ਰਹਿਣਗੇ, ਅਤੇ ਇੱਕ ਸੂਟ ਤੁਹਾਨੂੰ ਮਿਲ ਜਾਏਗਾ ਇਹ 'ਚ ਰਸਟ ਕਲਰ। 4900 ਪ੍ਰਾਈਸ ਰਹੇਗਾ। ਬਹੁਤ ਪਿਆਰੀ ਲੁੱਕ ਦੇ ਸੂਟ ਨੇ, ਡਿਜ਼ਾਈਨਿੰਗ ਤਾਂ ਬਹੁਤ ਸਾਰੀ ਹੋਣ ਵਾਲੀ ਅੱਜ ਦੀ ਵੀਡੀਓ ਦੇ। ਨੈਕਸਟ ਡਿਜ਼ਾਈਨ ਦਿੰਦੇ ਹਾਂ ਜੀ। ਸਟੱਫ ਬਿਲਕੁਲ ਨਵਾਂ, ਬਹੁਤ ਸੋਹਣਾ ਸਟੱਫ ਹੈ ਇਹ, ਸਿਲਕ ਬੇਸ ਦੇ ਉੱਪਰ ਆ। ਸਿਲਕ ਬੇਸ ਤਾਂ ਹੈਗਾ ਜੀ ਇਹਦਾ ਸਟੱਫ, ਅਤੇ ਤੁਸੀਂ ਵਰਕ ਦੇਖ ਲਓ, ਵਰਕ ਦੇ ਵਿੱਚ ਜਿਹੜਾ ਦਬਕਾ ਵੀ ਲੱਗਿਆ ਹੋਇਆ ਉਹ ਵੀ ਸੇਮ ਬੇਸ ਕਲਰ ਦਾ ਹੀ ਲੱਗਿਆ ਹੋਇਆ, ਪਲੱਸ ਕਟਦਾਣਾ ਪਰਲ ਅਤੇ ਇਹਦੇ ਵਿੱਚ ਲਾਇਆ ਹੋਇਆ ਜੀ ਤਿੱਲਾ। ਬਹੁਤ ਸੋਹਣੀ ਲੁੱਕ ਆ। ਕਿਸੇ ਵੀ ਤੁਸੀਂ ਏਜ ਦੇ ਵਿੱਚ ਹੋ, ਹਰੇਕ ਬਾਜੂ ਵੀ ਹੈਵੀ ਆ, ਹਰੇਕ ਏਜ ਵਾਸਤੇ ਸੂਟ ਨੇ ਅੱਜ ਦੇ। ਕਲਰ ਆਪਸ਼ਨ ਬਹੁਤ ਸਾਰੀ ਮਿਲਣ ਵਾਲੀ ਆ। ਸੇਮ ਹੀ ਸਿਲਕ ਬੇਸ 'ਤੇ ਰਹੇਗਾ ਜੀ ਇਹਦਾ ਇੱਦਾਂ ਦੁਪੱਟਾ। ਸਾਰੇ ਦੁਪੱਟੇ 'ਚ ਬੂਟੀ ਰਹੋਗੇ ਅਤੇ ਕੋਰਨਰ 'ਚ ਹੈਵੀ ਰਹਿਣਗੇ ਜੀ, ਅਤੇ ਲੇਸ ਲੱਗੀ ਹੋਈ ਆ। 4900 ਪ੍ਰਾਈਸ ਰਹੇਗਾ, 5900 ਦਾ ਸੂਟ ਆ। ਸ਼ਿਪਿੰਗ ਚਾਰਜਿਸ ਅਲੱਗ ਤੋਂ ਰਹਿਣਗੇ, ਤੁਹਾਡੀ ਚੋਇਸ ਆ। ਤੁਸੀਂ ਇਹਨਾਂ ਦੇ ਨਾਲ ਸਲਵਾਰਾਂ, ਲੂਜ਼ ਪਲਾਜ਼ੋ, ਪੈਂਟ ਪਲਾਜ਼ੋ, ਜਿੱਦਾਂ ਵੀ ਡਿਜ਼ਾਈਨ ਕਰਾਉਣਾ ਆਪਣੇ ਅਕੋਰਡਿੰਗ ਇਹਨਾਂ ਨੂੰ ਤੁਸੀਂ ਡਿਜ਼ਾਈਨ ਕਰਵਾ ਸਕਦੇ ਹੋ। ਗਿਫਟ ਦੇਣ ਵਾਸਤੇ ਤਾਂ ਬਹੁਤ ਸੋਹਣੀਆਂ ਆਈਟਮਾਂ ਨੇ, ਜਿਹੜੇ ਮਤਲਬ ਕਿ ਜਿਨ੍ਹਾਂ ਦਾ ਹੁੰਦਾ ਬਜਟ 5000 ਤੱਕ ਦੇਣ ਵਾਲੇ ਗਿਫਟ, ਤੁਸੀਂ ਜਿਹਨੂੰ ਵੀ ਦੇਣੇ ਆ, ਬਹੁਤ ਸੋਹਣੀ ਕਲੈਕਸ਼ਨ ਆ। ਇੱਦਾਂ ਦੀ ਮੈਂ ਪਹਿਲਾਂ ਵੀ ਰੈਡੀ ਕਰਵਾਏ ਸੀਗੇ, ਮਲਟੀ ਕਲਰ ਦੇ ਵਿੱਚ ਕਾਫੀ ਡਿਮਾਂਡ ਰਹੀ ਹੈ ਜੀ ਇਹਨਾਂ ਸੂਟਾਂ ਦੀ, ਅਤੇ ਹੁਣ ਕੁਛ ਨਵਾਂ ਦਬਕੇ ਦੇ ਨਾਲ ਅਤੇ ਕਟਦਾਣੇ ਦੇ ਨਾਲ ਲੈ ਕੇ ਆਏ ਹਾਂ। ਪਲੱਸ ਹੈਗਾ ਜੀ ਨਾਲ ਇਹਨਾਂ ਦੇ ਪਰਲ ਵਰਕ। ਬਾਜੂ ਵੀ ਤੁਹਾਨੂੰ ਹੈਵੀ 'ਚ ਮਿਲਣਗੇ ਇਹਨਾਂ ਦੀਆਂ, ਇਹ ਬਾਜੂ ਨੇ
ਠੀਕ ਆ। ਅਤੇ ਇਹ ਬਣਿਆ ਹੋਇਆ ਜੀ ਘੇਰਾ, ਇਹਦੇ ਨਾਲ ਜਿਹੜੀ ਸਲਵਾਰ ਆ ਉਹ ਜੈਪੁਰੀ ਪ੍ਰਿੰਟ ਦੇ ਵਿੱਚ ਮਲਟੀ ਕਲਰ 'ਚ ਹੀ ਲੱਗੀ ਹੋਈ ਆ। ਸ਼ਿਮਰ ਦਾ ਦੁਪੱਟਾ ਲੱਗਿਆ ਹੋਇਆ ਜੀ, ਇਹਦਾ ਦੁਪੱਟਾ ਹੈਵੀ ਆ, ਫੋਰ ਸਾਈਡ ਹੈਵੀ ਵਰਕ ਦੇ ਨਾਲ ਦੁਪੱਟਾ ਮਿਲੇਗਾ। ਜੇ ਸ਼ਰਟ ਵਿੱਚ ਮਾੜਾ ਮੋਟਾ ਘੱਟ ਵਰਕ ਲੱਗਦਾ ਤੁਹਾਨੂੰ ਤਾਂ ਦੁਪੱਟਾ ਪੂਰਾ ਹੈਵੀ ਮਿਲ ਜਾਏਗਾ। ਇੱਦਾਂ ਦੀ ਲੁੱਕ ਦੇ ਸੂਟ ਨੇ ਜੀ। ਕਲਰ ਆਪਸ਼ਨ ਦੇ ਦਿੰਦੇ ਹਾਂ, ਇਹ ਹੈਗਾ ਨਿਓਨ ਜਿਹਾ ਸ਼ੇਡ ਆ, ਯੈਲੋ ਨਿਓਨ, ਠੀਕ ਹੈ ਇਹ ਦੁਪੱਟਾ ਇਹਦਾ। ਅਤੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਇਹ ਗਾਜਰੀ ਜੀ ਟੋਨ 'ਤੇ ਮਿਲ ਜਾਏਗਾ। ਸਲਵਾਰਾਂ ਸਭ ਦੀਆਂ ਜੈਪੁਰੀ ਰਹਿਣਗੀਆਂ, ਦੁਪੱਟਿਆਂ ਦਾ ਕਲਰ ਤੁਸੀਂ ਦੇਖ ਸਕਦੇ ਹੋ। ਇਹ ਹੈਗਾ ਜੀ ਬਹੁਤ ਪਿਆਰਾ ਜਿਹਾ ਗ੍ਰੀਨਿਸ਼ ਮਹਿੰਦੀ ਗ੍ਰੀਨ 'ਤੇ, ਠੀਕ ਹੈ ਜੀ। ਜੈਪੁਰੀ ਸਲਵਾਰਾਂ ਦੇ ਨਾਲ ਇਹ ਮਲਟੀ ਕਲਰ, ਅਤੇ ਪ੍ਰਾਈਸ ਹੈਗਾ ਇਹ 4900। ਇਹ ਵੀ ਬਰੋਕਿਟ ਵੇਸ 'ਤੇ ਲੈ ਕੇ ਆਏ ਹਾਂ ਜੀ, ਵੇਸ ਬਿਲਕੁਲ ਨਵਾਂ ਅਤੇ ਸੋਫਟ ਵੇਸ ਲੈ ਕੇ ਆਏ ਹਾਂ ਤੁਹਾਡੇ ਵਾਸਤੇ। ਡਿਜ਼ਾਇਨ ਬਹੁਤ ਸੋਹਣੇ ਸੋਹਣੇ ਆ, ਘੇਰਾ ਵਰਕ ਕੀਤਾ ਹੋਇਆ, ਨੈਕ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਲੈਂਥ ਦੀ ਕੋਈ ਪ੍ਰੋਬਲਮ ਨਹੀਂ, ਤੁਸੀਂ ਜਿੰਨੀ ਮਰਜ਼ੀ ਲੈਂਥ ਬਣਾ ਸਕਦੇ ਹੋ। ਇਹਦੇ ਉੱਪਰ ਨੈਕ ਨਹੀਂ ਬਣਿਆ ਹੋਇਆ, ਘੇਰਾ ਪੂਰਾ ਹੈਵੀ ਦੇ ਵਿੱਚ ਆ। ਇਹਦੇ ਨਾਲ ਕਰੇਪ ਦੀ ਸਲਵਾਰ ਆ, ਅਤੇ ਨਾਲ ਤੁਹਾਨੂੰ ਮਿਲ ਜਾਏਗਾ ਜੀ ਇਹ ਬਿਲਕੁਲ ਸੋਫਟ ਦੇ ਵਿੱਚ ਦੁਪੱਟਾ। ਦੁਪੱਟਾ ਚਨੌਨ ਸ਼ਫੋਨ ਦੀ ਲੁੱਕ ਦਏਗਾ, ਹੈਗਾ ਸ਼ਿਮਰ ਦਾ ਹੀ, ਕਿਉਂਕਿ ਬਹੁਤ ਵਧੀਆ ਸਟੱਫ ਲੱਗਿਆ ਹੋਇਆ ਦੁਪੱਟੇ ਨੂੰ। ਕਲਰ ਆਪਸ਼ਨ ਦੇਖ ਲਓ, ਪਰਪਲ ਸ਼ੇਡ ਆ ਜੀ, ਅਤੇ ਇੱਕ ਤੁਹਾਨੂੰ ਮਿਲ ਜਾਏਗਾ ਇਹ ਬਹੁਤ ਪਿਆਰਾ ਜਿਹਾ ਸ਼ੇਡ ਹੈ, ਇਹ ਵੀ ਸਾਰੇ ਨਵੇਂ ਨਵੇਂ ਜਿਹੇ ਕਲਰ ਨੇ, ਅਤੇ ਪ੍ਰਾਈਸ 4900 5900 ਦੇ ਵਿੱਚ। ਹੈਵੀ ਫਰੰਟ ਦੇ ਨਾਲ ਸੇਮ ਰੇਂਜ ਦੇ ਵਿੱਚ ਦੇ ਰਹੇ ਹਾਂ ਸੂਟ, ਇਹ ਕਾਫੀ ਮਹਿੰਗਾ ਬਣਿਆ ਵੈਸੇ, ਇਹਨਾਂ ਨਾਲੋਂ ਮਹਿੰਗਾ ਬਣਿਆ, ਕਿਉਂਕਿ ਸਾਰਾ ਹੀ ਅਸੀਂ ਨਾ ਇਹਨੂੰ ਵੇਸ ਕਲਰ ਨਾਲ ਦਾ ਹੀ ਕਲਰ ਕੀਤਾ, ਜਿੱਦਾਂ ਕਟਦਾਣਾ ਜਿਹੜਾ ਲੱਗਿਆ ਕੋਈ ਗੋਲਡਨ ਜਾਂ ਸਿਲਵਰ ਨਹੀਂ ਕੀਤਾ, ਜਿਹੜਾ ਕਲਰ ਸ਼ਰਟ ਦਾ ਸੇਮ ਵੇਸ ਕਲਰ ਨਾਲ ਦਾ ਹੀ ਇਹਨੂੰ ਅਸੀਂ ਕਟਦਾਣਾ ਲਗਾਇਆ ਹੈ। ਬਹੁਤ ਸੋਹਣੀ ਲੁੱਕ ਆਈ ਹੈ ਜੀ ਸੂਟ ਦੇ। ਸਿਲਕ ਦੀ ਸਲਵਾਰ ਆ, ਅਤੇ ਦੁਪੱਟਾ ਪਿਓਰ ਦਾ ਲਗਾਇਆ, ਪਿਓਰ ਬਨਾਰਸੀ, 4 ਸਾਈਡ ਕੋਰਨਰ ਹੈਵੀ। ਦੁਪੱਟਾ ਨਾ ਸੈਲਫ ਦੇ ਵਿੱਚ ਹੈ ਜੀ, ਬਿਲਕੁਲ ਸੋਫਟ ਹੈ ਦੁਪੱਟਾ, ਜਿੱਦਾਂ ਮਰਜ਼ੀ ਤੁਸੀਂ ਸਿਰ 'ਤੇ ਖੜਾਓਗੇ ਉੱਦਾਂ ਹੀ ਖੜ ਜਾਏਗਾ, ਸਾਰੇ ਦੇ ਵਿੱਚ ਵਰਕ ਮਿਲੇਗਾ ਤੁਹਾਨੂੰ। ਇਹਦੀ ਕਲਰ ਆਪਸ਼ਨ ਦੇਖ ਲਓ, ਪ੍ਰਾਈਸ ਸੇਮ ਰਹੇਗਾ ਜੀ 4900। ਇਹਦੇ ਕਲਰ ਦੇ ਸਾਰੇ ਦੁਪੱਟਿਆਂ ਦੇ ਕਲਰ ਤਾਂ ਤੁਹਾਨੂੰ ਜ਼ਿਆਦਾ ਸ਼ੋਅ ਹੋ ਜਾਏਗਾ, ਬਹੁਤ ਸੋਹਣੇ ਕਲਰ ਨੇ। ਦੇਖੋ ਜਿਹੜੇ ਵੀ ਸੂਟ ਨੇ ਸਾਰਿਆਂ ਦੇ ਵਿੱਚ ਕਟਦਾਣਾ ਵੇਸ ਕਲਰ ਦਾ ਲਗਾਇਆ ਹੋਇਆ, ਬਿਲਕੁਲ ਨਵੀਂ ਡਿਜ਼ਾਇਨਿੰਗ। ਮਲਟੀ ਕਲਰ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਉਹ 'ਚ ਇੱਕ ਡਿਜ਼ਾਇਨ ਇਹ ਦਬਕੇ 'ਤੇ ਬਣਿਆ ਹੋਇਆ, ਬਹੁਤ ਸੋਹਣਾ ਡਿਜ਼ਾਇਨ ਹੈ ਵੀ, ਇਹ ਦਬਕੇ 'ਤੇ ਬਣਿਆ ਹੋਇਆ ਪੀਸ ਆ। ਘੇਰਾ ਵਰਕ ਹੈ ਜੀ, ਲੈਂਥ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਸਲਵਾਰ ਵੀ ਹੈਵੀ ਦੇ ਵਿੱਚ ਆ, ਸੋਰੀ ਬਾਜੂ ਹੈਵੀ ਦੇ ਵਿੱਚ ਆ, ਅਤੇ ਸਲਵਾਰ ਇਹਦੀ ਸਿਲਕ ਦੀ ਆ, ਅਤੇ ਦੁਪੱਟਾ ਇਹਦਾ ਸ਼ਿਮਰ ਦਾ 4 ਸਾਈਡ ਪੇਸਟਿੰਗ ਦੇ ਨਾਲ। 4900 ਪ੍ਰਾਈਸ ਰਹੇਗਾ ਸੂਟਾਂ ਦਾ। ਕਲੈਕਸ਼ਨ ਦੇਖ ਲਓ ਜੀ, ਇਹਦੇ ਕਲਰ ਆਪਸ਼ਨ, ਅਤੇ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਜੀ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਨ੍ਹਾਂ ਦੇ ਘਰ ਫੰਕਸ਼ਨ ਨੇ, ਕਿਉਂਕਿ 2-3 ਘੰਟੇ ਦੀਆਂ ਵੀਡੀਓ ਹੁੰਦੀਆਂ ਜਿਹੜੀਆਂ ਇੱਦਾਂ ਦੀਆਂ ਹੁੰਦੀਆਂ, ਤਾਂ ਜਲਦੀ ਜਲਦੀ ਹਰ ਕੋਈ ਇਹਨਾਂ ਸੂਟਾਂ ਨੂੰ ਚੋਇਸ ਕਰ ਸਕੇ।
ਕਿਉਂਕਿ ਇਸ ਰੇਂਜ ਦੇ ਵਿੱਚ ਅਤੇ ਇਸ ਸਟੱਫ ਦੇ ਉੱਪਰ ਮਿਲਣਾ ਸੂਟ ਬਹੁਤ ਮੁਸ਼ਕਿਲ ਹੁੰਦਾ। ਸੂਟ ਪਏ ਦੀ ਉਹ ਲੁੱਕ ਦੇਖ ਲਓ ਪਹਿਲਾਂ ਤਾਂ, ਅਤੇ ਸਟੱਫ ਬਹੁਤ ਸੋਹਣਾ ਪਿਓਰ ਔਰਗੈਂਜ਼ਾ ਦੇ ਉੱਪਰ ਨਵਾਂ ਵੇਸ ਆਇਆ, ਬਿਲਕੁਲ ਨਵਾਂ ਵੇਸ ਜਿਸ 'ਤੇ ਇਹ ਸੂਟ ਰੈਡੀ ਕਰਵਾਏ ਹਾਂ। ਇਹ ਵੀ ਸੂਟ ਤਕਰੀਬਨ 7000 ਦੀ ਰੇਂਜ ਦਾ ਜਿਹੜਾ ਤੁਹਾਨੂੰ 5900 ਦੇ ਵਿੱਚ ਮਿਲ ਰਿਹਾ। ਇਹਦੀ ਵੀ ਲੈਂਥ ਦੀ ਕੋਈ ਪ੍ਰੋਬਲਮ ਨਹੀਂ, ਨੈੱਕ ਨਹੀਂ ਬਣਿਆ ਹੋਇਆ, ਬਸ ਕਲੀ ਸਟਾਈਲ ਵਾਂਗ ਉੱਪਰ ਨੂੰ ਜਾ ਰਿਹਾ ਵਰਕ ਸਾਰਾ। ਬਿਲਕੁਲ ਨਵੀਂ ਜੀ ਲੁੱਕ ਦਾ ਸੂਟ ਹੈ ਜੇ। ਕਰੇਪ ਦੀ ਸਲਵਾਰ ਆ, ਇਹਨਾਂ ਦੇ ਨਾਲ ਤੁਹਾਨੂੰ ਚਨੌਨ ਸ਼ਿਫੋਨ ਦੇ ਦੁਪੱਟੇ ਮਿਲਣਗੇ। 7500 ਵਾਲਾ ਸੂਟ ਹੈ ਜਿਹੜਾ ਤੁਹਾਨੂੰ 4900 ਦੇ ਵਿੱਚ ਮਿਲ ਰਿਹਾ। ਕਲਰ ਆਪਸ਼ਨ ਚਨੌਨ ਸ਼ਿਫੋਨ ਦੇ ਦੁਪੱਟਿਆਂ ਦੇ ਨਾਲ, ਕਰੇਪ ਦੀਆਂ ਸਲਵਾਰਾਂ ਦੇ ਨਾਲ। ਇਹ ਕਲਰ ਨੇ ਜੀ, ਇਹਦੇ ਕਲਰ ਬਹੁਤ ਸੋਹਣੇ ਆ ਸਾਰੇ। ਇਹ ਵੀ ਬਿਲਕੁਲ ਨਵਾਂ ਜਿਹਾ ਪਰਪਲ ਜਿਹਾ ਸ਼ੇਡ। ਸਾਰੇ ਦੇ ਵਿੱਚ ਬੂਟੀ ਆ, ਕਿਸੇ ਵੀ ਏਜ ਵਾਸਤੇ ਸੂਟ ਆ, ਕੋਈ ਵੀ ਬਣਾ ਸਕਦਾ ਹੈ। ਵੈਸੇ ਇਹ ਜਿਨ੍ਹਾਂ ਦੇ 50+ ਏਜ ਹੁੰਦੀ ਉਹਨਾਂ ਵਾਸਤੇ ਬਹੁਤ ਸੋਹਣਾ, 60+ ਵਾਲਿਆਂ ਵਾਸਤੇ, ਕਿਉਂਕਿ ਇੱਕ ਤਾਂ ਸੋਬਰ ਜਿਹਾ ਸੂਟ ਆ ਅਤੇ ਇੱਕ ਰੋਇਲ ਜਿਹੀ ਲੁੱਕ ਦਾ ਸੂਟ ਆ ਜੀ। ਵਿੱਚ ਬੂਟੀ ਆ ਸਾਰੇ, ਅਤੇ ਘੇਰੇ ਦੇ ਉੱਪਰ ਵਰਕ ਆ, ਕਰੇਪ ਦੀ ਸਲਵਾਰ ਆ, ਅਤੇ ਚਨੌਨ ਸ਼ਿਫੋਨ ਦਾ ਬੂਟੀ ਵਾਲਾ ਦੁਪੱਟਾ। ਦੇਖੋ ਜੀ ਬਹੁਤ ਸੋਹਣੀ ਲੁੱਕ ਦਾ ਸੂਟ ਆ, ਬੂਟੀ ਵਾਲੇ ਦੁਪੱਟੇ ਦੇ ਨਾਲ, ਅਤੇ ਕਲਰ ਬਹੁਤ ਸੋਹਣੇ ਸੋਹਣੇ ਆ ਸਾਰੇ, ਲਾਈਟ ਲਾਈਟ ਜਿਹੇ ਸ਼ੇਡ ਨੇ। ਨੈਕਸਟ ਕਲਰ, ਅਤੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਮਿਲ ਜਾਏਗਾ, ਇਹ ਗ੍ਰੇਸ ਜੀ ਟੋਨ 'ਤੇ। ਠੀਕ ਹੈ ਜੀ, ਥੋੜ੍ਹਾ ਜਿਹਾ ਹੈਵੀ ਲੁੱਕ 'ਚ ਦਿੰਦੇ ਹਾਂ। ਸੂਟ ਦਾ ਪ੍ਰਾਈਸ ਜ਼ਿਆਦਾ ਸੀਗਾ, ਬਟ ਇੱਕੋ ਹੀ ਰੇਂਜ ਦੀ ਵੀਡੀਓ ਕੱਢਣ ਕਰਕੇ ਤੁਹਾਨੂੰ ਇਹ ਅਸੀਂ ਦੇ ਰਹੇ ਹਾਂ ਅੱਜ 49 ਦੇ ਵਿੱਚ। ਬਹੁਤ ਸੋਹਣਾ ਹੈਵੀ ਲੁੱਕ ਦਾ ਸੂਟ, ਦੇਖੋ ਜੀ ਸੂਟ ਦੀ ਲੁੱਕ, ਫਰੰਟ ਸਾਰਾ ਹੈਵੀ ਅਤੇ ਬਾਜੂ ਦੇ ਵਿੱਚ ਵੀ ਬਹੁਤ ਪਿਆਰਾ ਵਰਕ ਹੈ। ਠੀਕ ਹੈ ਜੀ, ਕਰੇਪ ਦੀ ਸਲਵਾਰ ਆ, ਅਤੇ ਦੁਪੱਟੇ ਦੇ ਪੱਲੇ ਵੀ ਤੁਹਾਨੂੰ ਹੈਵੀ ਮਿਲਣਗੇ। ਦੇਖੋ ਜੀ ਸੂਟ ਦੀ ਲੁੱਕ ਹੈਵੀ ਦੁਪੱਟੇ ਦੇ ਨਾਲ, ਪ੍ਰਾਈਸ ਸੇਮ ਰਹੂਗਾ, ਕਲਰ ਆਪਸ਼ਨ ਬਹੁਤ ਸੋਹਣੇ ਆ, ਬਹੁਤ ਪਿਆਰੇ ਜਿਹੇ ਨਵੇਂ ਜਿਹੇ ਸ਼ੇਡ। ਇਹ ਹੈਗੇ ਨੇ ਜੀ ਕਲਰ ਸਾਰੇ, ਅਤੇ ਪ੍ਰਾਈਸ ਹੈਗਾ ਇਹ 4900। ਨੈਕਸਟ ਡਿਜ਼ਾਈਨ ਦਿੰਦੇ ਹਾਂ, ਇਸ ਸੈਲਫ ਦੇ ਉੱਪਰ ਹੈ ਜੀ, ਸਿਮਰ ਦਾ ਸਟੱਫ ਲੱਗਿਆ ਹੋਇਆ ਅਤੇ ਸੈਲਫ ਦੇ ਉੱਪਰ ਆ, ਸਾਰੇ ਦੇ ਵਿੱਚ ਬੂਟੀ ਰਹੇਗੀ, ਸਟੱਫ ਬਹੁਤ ਸੋਹਣਾ ਲੱਗਿਆ ਹੋਇਆ, ਅਤੇ ਬਾਜੂ 'ਤੇ ਵੀ ਤੁਹਾਨੂੰ ਵਰਕ ਮਿਲ ਜਾਏਗਾ, ਦਬਕੇ ਦਾ ਕੰਮ ਹੈ ਪਲੱਸ ਪਰਲ ਦਾ ਕੰਮ ਹੈ ਜੀ। ਦੇਖੋ ਕਿੰਨਾ ਸੋਹਣਾ ਘੇਰਾ ਬਣਿਆ ਹੋਇਆ, ਦਬਕੇ ਅਤੇ ਪਰਲ ਦਾ ਕੰਮ, ਕਰੇਪ ਦੀ ਸਲਵਾਰ ਇਹਦੇ ਨਾਲ ਵੀ, ਅਤੇ ਨਾਲ ਤੁਹਾਨੂੰ ਮਿਲ ਜਾਏਗਾ ਜੀ ਇਹ ਚਨੌਨ ਸ਼ਿਫੋਨ ਦਾ, ਫੋਰ ਸਾਈਡ ਗੋਟੇ ਦੇ ਨਾਲ ਅਤੇ ਸਾਰੀ ਬੂਟੀ ਦੇ ਨਾਲ ਦੁਪੱਟਾ। ਕਲਰ ਆਪਸ਼ਨ ਦਿੰਦੇ ਹਾਂ, ਇਹ ਹੈਗੇ ਨੇ ਜੀ ਇਹਦੇ ਕਲਰ,
ਪ੍ਰਾਈਸ ਹੈਗਾ ਜੀ 4900। ਜਲਦੀ ਜਲਦੀ ਫੋਟੋਆਂ ਕਲਿੱਕ ਕਰੋ ਅਤੇ ਆਪਣੇ ਸੂਟ ਦੀ ਬੁਕਿੰਗ ਕਰਵਾਓ। ਬਿਲਕੁਲ ਨਵੀਂ ਲੁੱਕ ਦੇ ਰਹੇ ਹਾਂ ਜੀ, ਬਿਲਕੁਲ ਨਵੀਂ ਜੀ ਲੁੱਕ। ਜਿਸ ਕਲਰ ਦੀ ਸਲਵਾਰ ਹੋਏਗੀ ਸੇਮ ਉਸੇ ਕਲਰ ਦਾ ਕਟਦਾਣਾ, ਪਰਲ ਵੀ ਉਸੇ ਕਲਰ ਦੇ ਲੱਗੇ ਹੋਏ ਆ, ਦਬਕਾ ਵੀ ਸੇਮ ਕਲਰ ਦਾ ਲੱਗਿਆ ਹੋਇਆ, ਠੀਕ ਆ ਜੀ। ਬਰੋਕਿਟ ਦੀ ਸ਼ਰਟ ਆ, ਸਟਾਈਲ ਦੇਖਿਓ ਸੂਟ ਦਾ, ਕਲੀ ਸਟਾਈਲ ਉੱਪਰ ਨੂੰ ਜਾਂਦਾ, ਨੈਕ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਲੈਂਥ ਦੀ ਕੋਈ ਪ੍ਰੋਬਲਮ ਨਹੀਂ। ਅਤੇ ਦੇਖੋ ਜੀ ਸੂਟ ਸਿਲਕ ਦੀ ਸਲਵਾਰ ਦੇ ਨਾਲ ਆ, ਅਤੇ ਨਾਲ ਰਹੇਗਾ ਜੀ ਇਹ ਸ਼ਿਮਰ ਦਾ ਇਹਦੇ ਨਾਲ ਦੁਪੱਟਾ, ਕੋਰਨਰ ਹੈਵੀ ਦੇ ਨਾਲ, ਅਤੇ ਸਾਰੇ ਦੇ ਵਿੱਚ ਬੂਟੇ। ਕਲਰ ਆਪਸ਼ਨ ਦੇਖ ਲਓ, ਕਲਰ ਬਹੁਤ ਸੋਹਣੇ ਆ, ਸਾਰੇ ਨਿਓਨ ਸ਼ੇਡ ਆ। ਵਰਕ ਜਿਹੜੇ ਕਲਰ ਦਾ ਹੋਏਗਾ ਉਸੇ ਕਲਰ ਦਾ ਸੂਟ ਹੋਏਗਾ। ਬਹੁਤ ਪਿਆਰਾ ਸੂਟ ਹੈ ਜੀ ਇਹ ਵੀ, ਅਤੇ ਸੂਟ ਤੁਹਾਨੂੰ ਇਹ 'ਚ ਰਸਟ ਕਲਰ ਮਿਲ ਜਾਏਗਾ। ਹੈਵੀ ਦੇ ਵਿੱਚ ਆ ਸਾਰੇ ਹੀ ਸੂਟ ਇਹ, ਠੀਕ ਹੈ ਜੀ। ਉਮੀਦ ਕਰਦੀ ਹਾਂ ਕਲੈਕਸ਼ਨ ਪਸੰਦ ਆਈ ਹੋਏਗੀ, ਕਮੈਂਟ ਕਰਕੇ ਜ਼ਰੂਰ ਦੱਸ ਦਿਓ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਵੀਡੀਓ ਦੇਖਣ ਲਈ ਥੈਂਕ ਯੂ ਜੀ, ਬਹੁਤ ਸਾਰਾ ਪਿਆਰ ਦੇਣ ਲਈ ਥੈਂਕ ਯੂ ਸੋ ਮਚ।